ਉਹ ਭਾਰੀ ਵਿਰੋਧ ਕੀਤਾ ਗਿਆ ਤੇ ਉੱਥੇ ਦੀ ਸੰਗਤ ਨੇ ਸਰਬਜੀਤ ਹੁੰਦਾ ਨੂੰ ਕਿਹਾ ਕਿ ਜਾਪ ਸਾਹਿਬ ਦੀ ਕਥਾ ਕਰੋ ਪਰ ਲੋ ਵੀ ਹੁਣ ਨਿਊਜ਼ ਸੁਣ ਲਓ ਆਸਟ੍ਰੇਲੀਆ ਦੇ ਗੁਰੂ ਘਰ ਦੀ ਹੈ ਜਿਹਦੇ ਵਿੱਚ ਉਹ ਜਿਹੜਾ ਕਥਾ ਕਰਨ ਆਇਆ ਸੀ ਬਾਬਾ ਉਹਦੇ ਨਾਲ ਜਿਹੜਾ ਨੇ ਪੰਗਾ ਪੁੰਗਾ ਪਾ ਲਿਆ ਵੀ ਤੁਸੀਂ ਆਹ ਕਥਾ ਕਰੋ ਆਹ ਵਾਲੀ ਨਹੀਂ ਕਰਨੀ ਮੈਂ ਹੈਰਾਨ ਹੈ ਕਥਾ ਪਿੱਛੇ ਵੀ ਲੜਾਈ ਝਗੜੇ ਉਹ ਬਾਬਾ ਕਹਿੰਦਾ ਵੀ ਮੈਂ ਆਹ ਕਥਾ ਨਹੀਂ ਕਰਨੀ ਮੈਂ ਆਹ ਵਾਲੀ ਕਰਨੀ ਹੈ ਉਹ ਕਹਿੰਦੇ ਹਾਂ ਵੀ ਤੂੰ ਸਿੱਖਾਂ ਦਾ ਵੀ ਵਿਰੁੱਧ ਬੋਲਦਾ ਤੂੰ ਫਲਾਨਾ ਤੂੰ ਤੇਂਕੜਾ ਫਿੱਟੇ ਮੂੰਹ ਤੁਹਾਡੇ ਜੰਮਣ ਵਾਲਿਆਂ ਦੇ ਤੁਸੀਂ ਗੁਰੂ ਘਰ ਨੂੰ ਨਾ ਬਖਸ਼ਿਓ ਤੁਸੀਂ ਗੁਰਦੁਆਰੇ 'ਚ ਜਾਂ ਵੀਡੀਓ ਗੁਰਦੁਆਰੇ 'ਚ ਗਾ ਪਾ ਰਹੇ ਹੋ ਗੁਰਦੁਆਰੇ ਦੇ ਕਮੇਟੀ ਮੈਂਬਰ ਹੋ ਰੂਮ 'ਚ ਬੈਠੋ ਉੱਥੇ ਗੱਲ ਕਰੋ ਗੱਲ ਕਰਨ ਦਾ ਵੈਸੇ ਗੋਰਿਆਂ ਦਾ ਵਧੀਆ ਇੱਕ ਤਰੀਕਾ ਹੁੰਦਾ ਤੁਸੀਂ ਲੋਕ ਤਾਂ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਗੰਦ ਪਾ ਰਹੇ ਹੋ ਹੁਣ ਤੁਸੀਂ ਕਥਾ ਪਿੱਛੇ ਵੀ ਕੁੱਕੜਾਂ ਵਾਂਗੂ ਲੜਨਾ ਸ਼ੁਰੂ ਕਰਤਾ ਹਾਲੇ ਤੁਸੀਂ ਖਾਲਿਸਤਾਨ ਮੰਗਦੇ ਹੋ ਮੈਂ ਕਿਹਾ ਸੀ ਨਾ ਤੁਹਾਡੇ 'ਚ ਯੂਨਿਟੀ ਨਹੀਂ ਹੈ ਪਹਿਲੇ ਗੁਰਦੁਆਰੇ ਨੂੰ ਸੁਧਾਰੋ ਬਾਅਦ ਤੁਹਾਡਾ ਖਾਲਿਸਤਾਨ ਬਣਨਾ ਹੈ ਕੁਛ ਸ਼ਰਮ ਹਯਾ ਅਕਲ ਨੂੰ ਹੱਥ ਮਾਰੋ ਇਹ ਵੀਡੀਓ ਮੈਂ ਪੂਰੀ ਦੇਖ ਕੇ ਪਤਾ ਮੈਨੂੰ ਕੀ ਡਰ ਲੱਗ ਰਿਹਾ ਸੀ ਕਿ ਕਿਤੇ ਖੜ੍ਹੇ ਖੜ੍ਹੇ ਹੁਣ ਇਹਨੂੰ ਜਿਹੜਾ ਕਥਕ ਵਾਚਕ ਹੈ ਉਹ ਭਾਅ ਜੀ ਵੀ ਇਹਨੂੰ ਕੁੱਟ ਨਾ ਦੇਣ ਹੁਣ ਕਿਤੇ ਦੀ ਪੱਗ ਨਾ ਲਾ ਦੇਣ ਉੱਦਾਂ ਹੀ ਕਹਿੰਦੇ ਆ ਕਿ ਸਾਡੀ ਪੱਗ ਨੂੰ ਹੱਥ ਨਹੀਂ ਲਾਉਣਾ ਕਿਸੇ ਨੇ ਸਾਡੀ ਪੱਗ ਜੀ ਸਾਡੀ ਇੱਜ਼ਤ ਆ ਸਾਡੀ ਸ਼ਾਨ ਆ ਪਰ ਇਹ ਆਪ ਦੀਆਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਲੱਗੇ ਮਿੰਟ ਲਾਉਂਦੇ ਆ ਉਹ ਵੀ ਕਿੱਥੇ ਗੁਰੂ ਘਰ 'ਚ ਇੰਨੇ ਪਵਿੱਤਰ ਜਗ੍ਹਾ 'ਤੇ ਮਿੰਟ 'ਚ ਇੱਕ ਦੂਜੇ ਦਸਤਾਰਾਂ ਲਾ ਦਿੰਦੇ ਆ ਇੰਨਾ ਰੋਸ਼ ਪੰਜਾਬੀਆਂ 'ਚ ਸਿੱਖਾਂ ਦੇ ਵਿੱਚ ਇੰਨਾ ਗੁੱਸਾ ਇੰਨਾ ਕ੍ਰੋਧ ਔਰ ਬਾਣੀ ਇਹਨਾਂ ਦੀ ਬਾਣੀ ਦੇਖ ਲਓ ਇਹ ਲੋਕ ਅੰਮ੍ਰਿਤ ਛਕ ਕੇ ਇੰਨੀ ਗੰਦੀ ਬਾਣੀ ਬੋਲਦੇ ਆ ਇਹ ਕਿਉਂ ਅਪਮਾਨ ਕਰ ਰਹੇ ਹੋ ਤੁਸੀਂ ਸਾਰੇ ਸ਼੍ਰੀ ਸਾਹਿਬ ਦਾ ਤੁਸੀਂ ਬਾਣੀ ਕੰਟਰੋਲ ਕੀਤੀ ਕਦੇ ਆਪਣੀ ਜ਼ੁਬਾਨ 'ਤੇ ਆਪਣੀ ਲੋਲੋ 'ਤੇ ਤੁਹਾਡੀ ਇੰਨੀ ਗੰਦੀ ਜ਼ੁਬਾਨ ਆ ਤੁਸੀਂ ਝੱਟ ਗੁੱਸੇ 'ਚ ਆ ਜਾਂਦੇ ਹੋ ਝੱਟ 'ਚ ਲੋਕਾਂ ਨੂੰ ਮਾਂ ਭੈਣ ਦੀਆਂ ਗਾਲਾਂ ਉੱਤੋਂ ਕਹਿਣਗੇ ਅਸੀਂ ਗਾਤਰਾ ਪਾਇਆ ਸੋ ਬੜੀ ਸ਼ਰਮ ਵਾਲੀ ਨਿੰਦਣ ਜੋਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਗੁਰਦੁਆਰੇ 'ਚ ਆਹ ਕੁਛ ਹੋ ਰਿਹਾ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਕਥਾ ਕਵਾਚਕ ਨੂੰ ਤੁਸੀਂ ਕਿਸੇ ਤਰੀਕੇ ਨਾਲ ਵੀ ਗੱਲ ਕਹਿ ਸਕਦੇ ਸੀ ਜੀ ਸੰਗਤ ਭੜਕ ਗਈ ਸੰਗਤ ਨੂੰ ਰੋਸ਼ ਆ ਗਿਆ ਇਹ ਆਲੇ ਕਥਾ ਕਿਉਂ ਨਹੀਂ ਕਰਦਾ ਜੇ ਤਾਂ ਸਿੱਖਾਂ ਦੇ ਖਿਲਾਫ਼ ਬੋਲਦਾ ਜੇ ਤੁਹਾਨੂੰ ਲੱਗਦਾ ਸੀ ਉਹ ਬੰਦਾ ਸਿੱਖਾਂ ਦੇ ਖਿਲਾਫ਼ ਬੋਲਦਾ ਉੱਥੇ ਟਿੰਡੇ ਲੈਣ ਨੂੰ ਬੁਲਾਇਆ ਸੀ ਉਹਨੂੰ ਹੈ ਉਹ ਤਾਂ ਦਾਲ ਤੋਂ ਤੜਕਾ ਲਾਉਣ ਨੂੰ ਬੁਲਾਇਆ ਸੀ ਇੰਡੀਆ ਤੋਂ ਤੁਸੀਂ ਸੋ ਸੰਗਤ ਡਿਸਾਈਡ ਨਹੀਂ ਕਰੂਗੀ ਇਹ ਗੱਲ ਸੰਗਤ 'ਚ ਕੁਛ ਹੈਗੀ ਹੈ ਖਾਲਿਸਤਾਨੀ ਲੋਕ ਆ ਸੰਗਤ ਜਿਹੜਾ ਗਾਹ ਪਾਉਂਦੇ ਆ ਹਰ ਇੱਕ ਸਮਾਗਮ ਵਿੱਚ ਜਾ ਕੇ ਉਹਨਾਂ ਉੱਥੇ ਲੜਾਈ ਝਗੜੇ ਕਰਾਉਣੇ ਆ ਉੱਥੇ ਗਾਹ ਪਾ ਕੇ ਗੁਰੂ ਘਰ 'ਚ ਨਿਕਲਣਾ ਸ਼ਰਮ ਕਰ ਲਓ ਜੇ ਮਾੜੀ ਮੋਟੀ ਸ਼ਰਮ ਆ ਨਾ ਡੁੱਬ ਕੇ ਮਰ ਜਾਓ ਆਏ ਦਿਨ ਤੁਹਾਡੇ ਲੋਕਾਂ ਦੀ ਗੁਰੂ ਘਰ ਦੀਆਂ ਵੀਡੀਓ ਰਿਲੀਜ਼ ਹੁੰਦੀਆਂ ਅੰਦਰ ਖੜ੍ਹ ਕੇ ਲੋਕ ਬਣਾਉਂਦੇ ਆ ਫਿਰ ਮੇਰੇ ਵਰਗੇ ਬੋਲਦੀ ਤਾਂ ਕਹਿੰਦੀ ਹਾਂ ਹਾਂ ਇਹ ਤਾਂ ਗੁਰਦੁਆਰਿਆਂ 'ਤੇ ਬੋਲਦੀ ਆ ਮੈਨੂੰ ਬੋਲਣ ਦਾ ਮੌਕਾ ਤਾਂ ਤੁਸੀਂ ਖੁਦ ਦੇ ਰਹੇ ਹੋ ਸਾਰੇ ਜਣੇ ਮੈਂ ਤਾਂ ਕਦੇ ਗੁਰੂ ਘਰ ਦੇ ਅੰਦਰ ਖੜ੍ਹ ਕੇ ਕਦੇ ਕੋਈ ਵੀਡੀਓ ਨਹੀਂ ਬਣਾਈ ਤੁਸੀਂ ਤਾਂ ਖੁਦ ਜਲੂਸ ਕੱਢ ਰਹੇ ਹੋ ਆਪਣਾ